ਸਤਿ ਸ਼੍ਰੀ ਅਕਾਲ ਲੋਕਰਣ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਆਇਆ ਮਿਸ਼ਕ ਸ਼ੀਤ ਪ੍ਰੀਤਮ ਸਿੰਘ ਖਾਨਪੁਰ ਬ੍ਰਿੰਗ ਸਾਹਿਬ ਜੁੜੇ ਨੇ ਬ੍ਰਿੰਗ ਸਾਹਿਬ ਸਵਾਗਤ ਹੈ ਤੁਹਾਡਾ ਜੀ ਪੰਗੂ ਸਾਹਿਬ ਲੋਕਰਣ ਚੈਨਲ ਪੰਜਾਬੀ ਦੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਨਿੱਘੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਖਾਨਪੁਰ ਸਾਹਿਬ ਆਪਣੇ ਨਾਲ ਸਮੇਂ ਸਮੇਂ ਤੇ ਜੁੜਦੇ ਰਹਿੰਦੇ ਨੇ ਫਰੀਡਮ ਫਾਈਟਰ ਨੇ ਤੇ ਫਰੀਡਮ ਫਾਈਟਰ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਨੇ ਜਿਨ੍ਹਾਂ ਨੇ ਇਸ ਸਮਾਜ ਦੇ ਜਾਂ ਦੇਸ਼ ਦੇ ਯੋਗਦਾਨ ਦੇ ਵਿੱਚ ਮੱਲਾਂ ਮਾਰੀਆਂ ਨੇ ਸੋ ਬੜਿੰਗ ਸਾਹਿਬ ਖੁਦ ਇੱਕ ਸੋਸ਼ਲ ਵਰਕਰ ਨੇ ਲਗਾਤਾਰ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਨੇ ਸਿਆਸਤ ਦੇ ਉੱਤੇ ਬੜੀ ਪਕੜ ਹੈ ਪੰਥਕ ਸਿਆਸਤ ਦੇ ਉੱਤੇ ਬੜੀ ਪਕੜ ਹੈ ਅਤੇ ਲੋਕਰਣ ਚੈਨਲ ਪੰਜਾਬੀ ਦੇ ਉੱਤੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰਦੇ ਰਹਿੰਦੇ ਨੇ ਐਮਰਜੈਂਸੀ ਦੇ ਵਿੱਚ ਛੋਟੀ ਉਮਰੇ ਜੇਲ੍ਹ ਕੱਟੀ ਤਮਾਮ ਤਰ੍ਹਾਂ ਦੀਆਂ ਉਹ ਘਟਨਾਵਾਂ ਜਿਹੜੀਆਂ ਸਿੱਖ ਸਿਆਸਤ ਦੇ ਵਿੱਚ ਵਾਪਰੀਆਂ ਬੜੇ ਨੇੜੇ ਤੋਂ ਤੱਕਿਆ ਜਿਹੜੀਆਂ ਸ਼ਖਸੀਅਤਾਂ ਸੀ ਪੰਥਕ ਸ਼ਖਸੀਅਤਾਂ ਸੀ ਉਹਨਾਂ ਦੀ ਜਿਹੜੀ ਰਾਜਨੀਤੀ ਸੀ ਉਸ ਰਾਜਨੀਤੀ ਨੂੰ ਵੀ ਬੜੇ ਨੇੜੇ ਤੋਂ ਦੇਖਿਆ ਅੱਜ ਵੀ ਗੱਲਬਾਤ ਕਰਨਗੇ ਆਪਣੇ ਦੇ ਨਾਲ ਕਿਉਂਕਿ ਦੋ ਘਟਨਾਵਾਂ ਨੇ ਜੋ ਬੜੀਆਂ ਅਹਿਮ ਨੇ ਦੋਨੋਂ ਘਟਨਾਵਾਂ ਸਾਡੇ ਪੰਜਾਬ ਦੇ ਨਾਲ ਸੰਬੰਧਿਤ ਨੇ ਸਾਡੇ ਇੱਕ ਘਟਨਾ ਇੱਕ ਗੱਲਬਾਤ ਆ ਇਹੋ ਜਿਹੀ ਆ ਜੋ ਪੰਜਾਬ ਦਾ ਫਿਊਚਰ ਤੈਅ ਕਰਦੀ ਹੈ ਜੋ ਪੰਜਾਬ ਦੀ ਨਸਲਾਂ ਤੈਅ ਕਰਦੀ ਹੈ ਉਹਦੇ 'ਤੇ ਗੱਲਬਾਤ ਕਰਾਂਗੇ ਅਤੇ ਦੂਜੀ ਖਬਰ ਆਪਾਂ ਲਵਾਂਗੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮਾਮਲਾ ਇਹ ਜਿਸ ਤਰੀਕੇ ਦੇ ਨਾਲ ਹੁਣ ਡਿਵੈਲਪਮੈਂਟਸ ਫਿਰ ਸ਼ੁਰੂ ਹੋ ਗਈਆਂ ਨੇ ਜਿਹੜਾ ਮਾਮਲਾ ਪਹਿਲਾਂ ਲੱਗਦਾ ਸੀ ਕਿ ਥੋੜ੍ਹਾ ਜਿਹਾ ਜਿਹੜਾ ਫਲੋ ਸੀ ਉਸ ਮਾਮਲੇ ਦਾ ਘਟ ਗਿਆ ਪਰ ਜਦੋਂ ਦੇ ਪੱਪਲਪ੍ਰੀਤ ਗ੍ਰਿਫਤਾਰ ਹੋਇਆ ਉਦੋਂ ਤੋਂ ਬੜਾ ਕੁਛ ਨਿਕਲ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਖਾਸ ਕਰਕੇ ਪੰਜਾਬ ਦੇ ਵਿੱਚ ਖਬਰ ਚੱਲੀ ਕਿ ਪੱਪਲਪ੍ਰੀਤ ਗ੍ਰਿਫਤਾਰ ਹੋ ਗਿਆ ਆਹੀ ਖਬਰ ਜਦੋਂ ਨੈਸ਼ਨਲ ਮੀਡੀਆ ਦੇ ਵਿੱਚ ਚੱਲੀ ਉਹਨਾਂ ਦਾ ਜਿਹੜਾ ਅੰਦਾਜ਼ ਸੀ ਅੰਦਾਜ਼ੇ ਬਿਆਨ ਉਹ ਕੁਛ ਹੋਰ ਸੀ ਕਈ ਚੈਨਲ ਤਾਂ ਇੱਦਾਂ ਚਲਾ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਭਗਵੰਤ ਮਾਨ ਸਾਹਿਬ ਜੋ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਨੂੰ ਸਖ਼ਤ ਹਦਾਇਤਾਂ ਕਰਦੀਆਂ ਨੇ ਕਿ ਅੱਜ ਹੀ ਅੰਮ੍ਰਿਤਪਾਲ ਫੜਿਆ ਜਾਵੇ ਸੋ ਬੜੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ ਗ੍ਰਿਫਤਾਰੀ ਹੋ ਚੁੱਕੀ ਹੈ ਕਿ ਬੜੀ ਜਲਦ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜੂਗੀ ਜਿਸ ਤਰੀਕੇ ਨਾਲ ਪੱਪਲਪ੍ਰੀਤ ਦੀ ਗ੍ਰਿਫਤਾਰੀ ਹੋ ਗਈ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਉਹ ਗ੍ਰਿਫਤਾਰ ਕੀਤੇ ਗਏ ਨੇ ਇਸੇ ਮਾਮਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੜਿੰਗ ਸਾਹਿਬ ਜੁੜੇ ਨੇ ਅਤੇ ਇੱਕ ਹੋਰ ਇਸ਼ੂ ਹੈ ਜੋ ਇਸ ਗੱਲਬਾਤ ਤੋਂ ਬਾਅਦ ਆਪਾਂ ਅੱਗੇ ਜਾ ਕੇ ਕਵਰ ਕਰਾਂਗੇ ਖਾਨਪੁਰ ਸਾਹਿਬ ਪੱਪਲਪ੍ਰੀਤ ਗ੍ਰਿਫਤਾਰ ਹੋਏ ਨੇ ਅਤੇ ਹੁਣ ਅਲੱਗ ਅਲੱਗ ਕਿਆਸਰਾਵਾਂ ਨੇ ਅਲੱਗ ਅਲੱਗ ਚੀਜ਼ਾਂ ਨੇ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਨੈਸ਼ਨਲ ਮੀਡੀਆ ਆਪਣੇ ਤਰੀਕੇ ਦੇ ਨਾਲ ਇਸ ਖਬਰ ਨੂੰ ਪੇਸ਼ ਕਰਨ 'ਤੇ ਲੱਗਿਆ ਹੋਇਆ ਪੰਜਾਬ ਦਾ ਮੀਡੀਆ ਇਸ ਖਬਰ ਨੂੰ ਵੀ ਚਲਾ ਰਿਹਾ ਜੇਕਰ ਤੁਹਾਡੇ ਕੋਲ ਸਮਝਣਾ ਹੋਵੇ ਕਿਉਂਕਿ ਪਿਛਲੇ 3-4 ਦਿਨਾਂ ਦੇ ਵਿੱਚ ਜਿਹੜਾ ਸੀ ਇਹ ਉਹ ਐਂ ਲਾ ਲਓ ਤੁਸੀਂ ਕਿ ਘਟ ਗਿਆ ਸੀ ਕੰਮ ਅੰਮ੍ਰਿਤਪਾਲ ਵਾਲਾ ਜਿਹੜਾ ਆਹ ਫਲੋ ਸੀ ਇੱਕਦਮ ਟੌਪ ਤੋਂ ਥੱਲੇ ਆ ਗਿਆ ਸੀ ਪਰ ਜਦੋਂ ਗ੍ਰਿਫਤਾਰੀ ਹੁੰਦੀ ਹੈ ਇਹਦੇ 'ਚ ਪੱਪਲਪ੍ਰੀਤ ਦੀ ਤਾਂ ਇੱਕਦਮ ਫਿਰ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਲਚਲ ਮੱਚ ਜਾਂਦੀ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਸਾਰੇ ਇਸ ਪੂਰੇ ਇਸ ਘਟਨਾਕ੍ਰਮ ਨੂੰ ਭੰਗੂ ਸਾਹਿਬ ਜਿਹੜਾ ਸੈਂਟਰ ਦਾ ਮੀਡੀਆ ਜੀ ਜਾਂ ਮੈਂ ਇਹ ਕਹੂੰਗਾ ਪੰਜਾਬ ਤੋਂ ਬਾਹਰ ਦਾ ਮੀਡੀਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਉਹਨਾਂ ਨੂੰ ਇੱਕ ਖਾਲਿਸਤਾਨ ਦੇ ਰੂਪ ਵਿੱਚ ਅੱਤਵਾਦੀ ਰੂਪ ਵਿੱਚ ਵੱਖਵਾਦੀ ਰੂਪ ਦੇ ਵਿੱਚ ਪੇਸ਼ ਕਰਦਾ ਜੀ ਤੇ ਪੇਸ਼ ਕਰਦਾ ਵੀ ਆਇਆ ਪਿੱਛੇ ਵੀ ਦੇਖ ਲਓ ਜਦੋਂ ਕਿਸਾਨ ਮੋਰਚਾ ਸੀ ਉਸ ਟਾਈਮ ਵੀ ਉਸ ਮੀਡੀਆ ਨੇ ਕਿਹਾ ਇਸ ਮੋਰਚੇ ਦੇ ਵਿੱਚ ਖਾਲਿਸਤਾਨੀ ਐਂਟਰ ਕਰ ਗਏ ਨੇ ਇਸ ਨਕਸਲਵਾਦ ਗੁਰਬਖ ਨੇ ਇਸ ਤਰ੍ਹਾਂ ਪਰ ਮਿਲਿਆ ਕੱਖ ਨਹੀਂ ਸੀਗਾ ਪਰ ਹੁਣ ਜਿਸ ਤਰ੍ਹਾਂ ਇਸ ਸੈਂਟਰ ਦੇ ਮੀਡੀਆ ਨੇ ਗੋਦੀ ਮੀਡੀਆ ਨੇ ਇਸ ਖਬਰ ਨੂੰ ਪਹਿਲੇ ਦਿਨ ਚੱਕਿਆ ਸੀ ਜਦੋਂ 18 ਤਰੀਕ ਨੂੰ ਅਜਨਾਲੇ ਦਾ ਵਾਕਾ ਅਜਨਾਲੇ ਦਾ ਹੋਇਆ ਸੀਗਾ ਉਸ ਟਾਈਮ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਥਾਣੇ ਦੇ ਵਿੱਚ ਆਪਣੇ ਸਾਥੀ ਨੂੰ ਛਡਾਉਣ ਦੇ ਲਈ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਲੈ ਕੇ ਗਏ ਸੀ ਤੇ ਉੱਥੋਂ ਆਪਣੇ ਬੰਦੇ ਨੂੰ ਛੁਡਵਾ ਲਿਆ ਸੀ ਤੇ ਪੁਲਿਸ ਵਾਲਿਆਂ ਦੇ ਨਾਲ ਝੜੱਪਾਂ ਵੀ ਹੋਈ ਸੀ ਦੋਨੇ ਪਾਸਿਓਂ ਫੱਟੜ ਹੋਏ ਸਨ ਲੇਕਿਨ ਉਸ ਮੀਡੀਆ ਨੇ ਸਾਰੀ ਗੱਲ ਸਿੱਖਾਂ ਦੇ ਉੱਤੇ ਖਾਲਿਸਤਾਨੀ ਕਿਹਾ ਵੀ ਖਾਲਿਸਤਾਨੀਆਂ ਨੇ ਇੱਕ ਥਾਣੇ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਲਾਅ ਐਂਡ ਆਰਡਰ ਉਹ ਬਿਲਕੁਲ ਖਤਰਨਾਕ ਹੈ ਇਸੇ ਗੱਲ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਮਿਤ ਸ਼ਾਹ ਨੂੰ ਮਿਲੇ ਸਨ ਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਬਾਰਡਰ ਦਾ ਜ਼ਿਲ੍ਹਾ ਹੋਣ ਕਰਕੇ ਇੱਕ ਤਾਂ ਸਰਹੱਦ ਦੇ ਉੱਤੇ ਡਰੋਨਾਂ ਦੇ ਨਾਲ ਉੱਥੇ ਸਮਗਲਿੰਗ ਹੁੰਦੀ ਹੈ ਜਾਂ ਡਰੋਨਾਂ ਦੇ ਨਾਲ ਹਥਿਆਰ ਗੇਰੇ ਜਾਂਦੇ ਨੇ ਜਾਂ ਡਰੋਨਾਂ ਦੇ ਨਾਲ ਨਸ਼ੇ ਦੀ ਤਸਕਰੀ ਹੋ ਰਹੀ ਹੈ ਸਾਡੇ ਕੋਲ ਫੋਰਸਾਂ ਘੱਟ ਨੇ ਉਹਨਾਂ ਨੇ ਤੁਰਤ ਹੀ 18 ਫੋਰਸਾਂ ਪੰਜਾਬ ਨੂੰ ਦੇ ਦਿੱਤੀਆਂ ਸਨ ਅਤੇ ਉਸ ਤੋਂ ਬਾਅਦ ਇਹ ਉਸ ਦਿਨ ਤੋਂ ਵੀ ਕਵੈਤ ਸ਼ੁਰੂ ਹੋ ਗਈ ਸੀ ਉਹਨਾਂ ਫੋਰਸਾਂ ਨੇ ਆਪਣੇ ਤੌਰ 'ਤੇ ਰੈਕੀ ਕਰਕੇ ਸਾਰਾ ਕੁਛ ਦੇਖ ਲਿਆ ਸੀ ਕੀ ਹੈ ਕਿੱਥੇ ਨਹੀਂ ਹੈ ਪਰ ਉਸ ਤੋਂ ਬਾਅਦ 18 ਤਰੀਕ ਨੂੰ ਜਦੋਂ ਅੰਮ੍ਰਿਤਪਾਲ ਇੱਕ ਵਹੀਰ ਦੀ ਸ਼ਕਲ ਦੇ ਵਿੱਚ
ਮੁਕਤਸਰ ਸਾਹਿਬ ਜਾ ਕੇ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਸੀ। ਇਹਨਾਂ ਨੂੰ ਲੇੜੇ ਦੇ ਪਿੰਡ ਤੋਂ ਫੜ ਲਿਆ ਸੀ, ਉੱਥੋਂ ਇਹ ਫਰਾਰ ਹੋ ਗਏ ਸੀ। ਇਹ ਉਸ ਦਿਨ ਦੇ ਹੀ ਫਰਾਰ ਚੱਲੇ ਆ ਰਹੇ। ਇਹਨਾਂ ਦੇ ਨਾਲ ਇੱਕ ਬਹੁਤ ਨੇੜਲਾ ਸਾਥੀ ਪੱਪਲ ਪ੍ਰੀਤ ਸਿੰਘ, ਜਿਹੜਾ ਕਿ ਇਹਨੇ ਸਮਝੇ ਵੀ ਇਹਨਾਂ ਦਾ ਮੀਡੀਆ ਐਡਵਾਈਜ਼ਰ ਵੀ ਹੈਗਾ ਉਹ, ਅਤੇ ਇਹਨਾਂ ਨੂੰ ਹਰ ਤਰ੍ਹਾਂ ਦੀ ਗਾਈਡ ਕਰਦਾ ਹੈ, ਅਤੇ ਉਹ ਕਈ ਵਿਦੇਸ਼ੀ ਚੈਨਲਾਂ ਦੇ ਵਿੱਚ ਐਜ਼ ਐਂਕਰਿੰਗ ਵੀ ਕਰ ਚੁੱਕਿਆ, ਅਤੇ ਕਈ ਅਖਬਾਰਾਂ ਦਾ ਵੀ ਉਹ ਨਾਵਾ ਨਿਗਾਰ ਹੈ ਉਹਨਾਂ ਦੇ ਨਾਲ ਸੀ। ਔਰ ਪਿੱਛੇ ਵੀ ਦੇਖਿਆ ਜਿੱਥੇ ਜਿੱਥੇ ਵੀ ਅੰਮ੍ਰਿਤਪਾਲ ਗਿਆ, ਚਾਹੇ ਉਹ ਸ਼ਾਹਬਾਦ ਗਿਆ, ਚਾਹੇ ਪਟਿਆਲੇ ਗਿਆ, ਚਾਹੇ ਉਹ ਨੇਪਾਲ ਦੇ ਬਾਰਡਰ ਤੇ ਗਿਆ, ਚਾਹੇ ਦਿੱਲੀ ਦੀਆਂ ਸੜਕਾਂ ਤੇ ਘੁੰਮਦਾ ਦਿਖਾਇਆ, ਚਾਹੇ ਰੇੜੇ ਵਿੱਚ ਬੈਠਾ, ਇਹਦੀਆਂ ਤੇ ਉਹਦੀਆਂ ਸੈਲਫੀਆਂ ਵੀ ਦਿਖਾਈਆਂ ਨੇ ਕਿ ਐਨਰਜੀ ਡਰਿੰਕ ਪੀ ਰਹੇ। ਪਰ ਅੱਜ ਪੱਪਲ ਪ੍ਰੀਤ ਨੂੰ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਹੁਸ਼ਿਆਰਪੁਰ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ। ਉਹਦਾ ਪੱਪਲ ਪ੍ਰੀਤ ਦਾ ਜਿਹੜਾ ਮਕਸਦ ਸੀ, ਜੋ ਸੋਰਸਾਂ ਤੋਂ ਗੱਲ ਸਾਹਮਣੇ ਆਈ ਹੈ, ਉਹਨਾਂ ਨੇ ਪਹਿਲਾਂ ਵੀ ਸਲਾਹ ਦਿੱਤੀ ਸੀ ਅੰਮ੍ਰਿਤਪਾਲ ਨੂੰ ਕਿ ਆਪਾਂ ਕਿਉਂ ਨਾ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਇੱਕ ਵੱਡੇ ਇਕੱਠ ਦੇ ਵਿੱਚ ਸਰੈਂਡਰ ਕਰੀਏ, ਅਤੇ ਉੱਥੇ 27 ਤਰੀਕ ਨੂੰ ਪਿੱਛੇ ਇੱਕ ਮੀਟਿੰਗ ਸੱਦੀ ਸੀ ਸਿੰਘ ਸਾਹਿਬ ਨੇ ਸਾਰੀਆਂ ਜਥੇ ਨੇ ਵੀ ਆਪਾਂ ਉਹਦੇ ਵਿੱਚ ਕਰੀਏ, ਲੇਕਿਨ ਉੱਥੇ ਪੁਲਿਸ ਨੇ ਬਹੁਤ ਘੇਰਾ ਸੀ ਸਾਰੇ ਪਾਸੇ, ਨਹੀਂ ਉੱਥੇ ਹੋ ਸਕਿਆ। ਉਸ ਤੋਂ ਬਾਅਦ ਵੀ ਉਹਨਾਂ ਨੇ ਵੀਡੀਓ ਇੱਕ ਜਾਰੀ ਕਰਕੇ ਕਿਹਾ ਸੀ ਕਿ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਤੁਸੀਂ ਵਿਸਾਖੀ ਦੇ ਉੱਤੇ ਇੱਕ ਸਰਬੱਤ ਖਾਲਸਾ ਬੁਲਾਓ ਤਾਂ ਕਿ ਅਸੀਂ ਪੰਥ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਬਾਰੇ ਵਿਚਾਰ ਕਰ ਸਕੀਏ। ਲੇਕਿਨ ਸਰਬੱਤ ਖਾਲਸਾ ਇੱਦਾਂ ਨਹੀਂ ਬੁਲਾਇਆ ਜਾਂਦਾ, ਆਪਾਂ ਇੱਕਦਮ ਹੀ ਕਹਿ ਦਈਏ ਵੀ ਸਰਬੱਤ ਖਾਲਸਾ ਬੁਲਾਓ, ਇਸ ਲਈ ਉਹ ਬੁਲਾਇਆ ਨਹੀਂ ਜਾ ਸਕਿਆ ਸੀਗਾ। ਉਸ ਤੋਂ ਬਾਅਦ ਪੱਪਲ ਪ੍ਰੀਤ ਸਿੰਘ ਇਹੀ ਸਲਾਹ ਦਿੰਦੇ ਰਹੇ ਇਹਨਾਂ ਨੂੰ ਵੀ ਤੁਸੀਂ ਅੰਮ੍ਰਿਤਪਾਲ ਜੀ ਜਿਵੇਂ ਵੀ ਹੋਵੇ ਤੁਸੀਂ ਸਰੈਂਡਰ ਕਰ ਦਿਓ, ਅਤੇ ਸਿੰਘ ਸਾਹਿਬ ਨੇ ਵੀ ਇਹੀ ਬੇਨਤੀ ਕੀਤੀ ਸੀ ਕਿ ਅੰਮ੍ਰਿਤਪਾਲ ਜਿੱਥੇ ਵੀ ਕਿਤੇ ਹੈ ਜੇ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਤਾਂ ਵੀ ਪੁਲਿਸ ਦੱਸੇ ਉਹਨੂੰ ਵੀ ਕਿੱਥੇ ਹੈ, ਜੇ ਪੁਲਿਸ ਦੀ ਕਸਟਡੀ 'ਚ ਨਹੀਂ ਹੈਗਾ ਤਾਂ ਅੰਮ੍ਰਿਤਪਾਲ ਜਿੱਥੇ ਕਿਤੇ ਵੀ ਹੈ ਉਹਨੂੰ ਆਪਣੇ ਆਪ ਸਰੈਂਡਰ ਕਰ ਦੇਣਾ ਚਾਹੀਦਾ, ਤਾਂ ਕਿ ਜਿਹੜੇ ਬਾਕੀ ਨੌਜਵਾਨਾਂ ਨੂੰ ਪੁਲਿਸ ਘਰਾਂ ਵਿੱਚ ਛਾਪੇ ਮਾਰ ਕੇ ਲਜਾਇਜ਼ ਚੁੱਕ ਚੁੱਕ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬਣਾ ਧੱਕ ਰਹੀ ਹੈ, NSA ਵਰਗੇ ਉਹਨਾਂ ਉੱਤੇ ਕਾਨੂੰਨ ਬਣਾਏ ਰਹੇ, ਜਦੋਂ ਇਹ ਸਾਹਮਣੇ ਆ ਜਾਊਗਾ ਉਹਨਾਂ ਨੌਜਵਾਨਾਂ ਦਾ ਜਿਹੜਾ ਉਹ ਬਚਾਅ ਹੋ ਜਾਊਗਾ। ਲੇਕਿਨ ਅੱਜ ਉਹਨਾਂ ਦੇ ਸਾਥੀ ਦਾ ਫੜਿਆ ਜਾਣਾ ਇਹ ਗੱਲ ਨੂੰ ਸਾਫ ਸ਼ੋਅ ਕਰਦਾ ਕਿ ਅੰਮ੍ਰਿਤਪਾਲ ਨੂੰ ਸਰੈਂਡਰ ਕਰਾਉਣ ਵਾਸਤੇ ਪਿੱਪਲ ਪ੍ਰੀਤ ਦੀਆਂ ਕੋਸ਼ਿਸ਼ਾਂ ਸੀਗੀਆਂ ਸਰਬੱਤ ਖਾਲਸੇ ਉੱਤੇ ਜਿਹੜੀਆਂ ਕਿ ਕਾਮਯਾਬ ਨਹੀਂ ਹੋ ਸਕੀਆਂ। ਪਰ ਦੂਜਾ ਉਸਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਸੈਂਟਰ ਦਾ ਮੀਡੀਆ ਉਹ ਗੱਲ ਇਹ ਕੇਜਰੀਵਾਲ ਨੂੰ ਕਹਿ ਰਿਹਾ ਹੈ ਕਿ ਕੇਜਰੀਵਾਲ ਸਾਹਿਬ ਤੁਸੀਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਹੁਣੀ ਹੁਕਮ ਕਰੋ ਕਿ ਉਹਨੂੰ ਫੜ ਕੇ ਪੁਲਿਸ ਅਰੈਸਟ ਕਰੇ। ਜਿੱਦਾਂ ਇਹ ਲੱਗਦਾ ਹੈ ਕਿ ਉਹ ਭਗਵੰਤ ਮਾਨ ਨੇ ਕਿਸੇ ਪਿੰਜਰੇ 'ਚ ਜਿਵੇਂ ਕਿਸੇ ਨੂੰ ਚੀਜ਼ ਨੂੰ ਬੰਦ ਕਰ ਲਿਆ, ਉਹ ਪਿੰਜਰੇ 'ਚ ਬੰਦ ਕੀਤਾ, ਜਦੋਂ ਕੇਜਰੀਵਾਲ ਕਹੂਗਾ ਉਹ ਤਾਂ ਹੀ ਛੱਡੂਗਾ। ਇਸ ਲਈ ਜਿਹੜਾ ਗੋਦੀ ਮੀਡੀਆ ਇਹ ਆਪਣੇ RPF ਵਧਾਉਣ ਦੇ ਵਾਸਤੇ, ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ, ਸਿੱਖ ਕੌਮ ਦਾ ਜਿਹੜਾ ਹੈ ਬੋਲਬਾਲਾ ਵਿਦੇਸ਼ਾਂ ਦੇ ਵਿੱਚ ਉਹਨੂੰ ਖਤਮ ਕਰਦਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸਿੱਖ ਕੌਮ ਇੱਕ ਉਹ ਕੌਮ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 80% ਕੁਰਬਾਨੀਆਂ ਕਰਕੇ ਆਪਣੇ ਘਰ ਬਾਰ ਲਟਾ ਕੇ ਆਪਣੇ ਬਜ਼ੁਰਗਾਂ ਨੂੰ ਮਰਵਾ ਕੇ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ ਹੈ, ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਹੈ। ਜੇ ਆਪਾਂ ਕਹੀਏ ਹਿੰਦੁਸਤਾਨ ਦੇ ਟੁਕੜੇ ਨਹੀਂ ਹੋਏ ਹੈਗੇ, ਵੀ ਹਿੰਦੁਸਤਾਨ ਦੇ ਟੁਕੜੇ ਤਾਂ ਪੰਜਾਬ ਦੇ ਹੋਏ ਨੇ, ਅਸੀਂ ਪੰਜਾਬੀ ਲੁੱਟੇ ਗਏ ਹਾਂ, ਅਸੀਂ ਪਾਕਿਸਤਾਨ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਅਫਗਾਨਿਸਤਾਨ ਤੱਕ ਰਾਜ ਸੀ, ਸਾਡੇ ਪੰਜਾਬੀਆਂ ਦੇ ਦਿਲ ਦੇ ਟੁਕੜੇ ਵੰਡੇ ਗਏ ਨੇ। ਅੱਜ ਵੀ ਪੰਜਾਬੀ ਜਿਹੜੇ ਪਾਕਿਸਤਾਨ ਵਿੱਚ ਜਾਂਦੇ ਨੇ ਔਰ ਪਾਕਿਸਤਾਨ ਵਿੱਚ ਰਹਿੰਦੇ ਨੇ, ਜਦੋਂ ਕੋਈ ਜਥਾ ਇੱਥੋਂ ਮਿਲਣ ਵਾਸਤੇ ਜਾਂਦਾ, ਮੈਂ 2-3 ਵਾਰ ਪਾਕਿਸਤਾਨ ਜਥੇ ਦੇ ਨਾਲ ਗਿਆ, ਉਹ ਜੱਫੀਆਂ ਪਾ ਪਾ ਕੇ ਪੁੱਛਦੇ ਨੇ ਵੀ ਕਿਹੜੇ ਪਿੰਡ ਦਾ ਤੁਸੀਂ, ਵੀ ਫਲਾਣੇ ਦਾ, ਉੱਥੇ ਸਾਡਾ ਵੀ ਭਰਾ ਰਹਿੰਦਾ ਸੀ, ਸਾਡੀ ਉੱਥੇ ਮਾਤਾ ਰਹਿੰਦੀ ਸੀ, ਇੱਥੇ ਤੱਕ ਉਹ ਪੁੱਛਦੇ ਸੀ, ਉਹ ਫਲਾਣੇ ਥਾਂ 'ਤੇ ਇੱਕ ਖੂਹ ਹੁੰਦਾ ਸੀ, ਇੱਕ ਪਿੱਪਲ ਹੁੰਦਾ ਸੀ, ਉਹ ਫਲਾਣੀ ਮਾਤਾ ਹੁੰਦੀ। ਉਹਨਾਂ ਲੋਕਾਂ ਦੀ ਸਾਂਝ ਅੱਜ ਵੀ ਉਸੇ ਤਰ੍ਹਾਂ ਪੰਜਾਬੀਆਂ ਦੇ ਇੱਕ ਦੂਜੇ ਨਾਲ ਮਿਲੀ ਹੋਈ ਹੈ। ਪਰ ਮੈਨੂੰ ਸਮਝ ਨਹੀਂ ਲੱਗਦਾ ਇਹ ਜਿਹੜਾ ਗੋਦੀ ਮੀਡੀਆ ਇਹ ਕਿਉਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇੱਦਾਂ ਦੀਆਂ ਖਬਰਾਂ ਚਲਾ ਕੇ ਕਿਉਂ। ਦੇਖੋ ਇਹ ਖਬਰ ਇੱਕਦਮ ਪਹਿਲਾਂ ਅੰਮ੍ਰਿਤਪਾਲ ਦੀ ਗੱਲ, ਜਿਸ ਦਿਨ ਦਾ ਵੀ ਨਵਜੋਤ ਸਿੱਧੂ ਜੇਲ੍ਹ ਦੇ ਵਿੱਚੋਂ ਆਇਆ ਤਾਂ ਨਵਜੋਤ ਸਿੱਧੂ ਦੀ ਖਬਰ ਜਿਹੜੀ ਸੀ ਉਹ ਹਾਈਲਾਈਟ, ਸਾਰੀਆਂ ਖਬਰਾਂ ਭੁੱਲ ਕੇ ਨਵਜੋਤ ਸਿੰਘ ਸਿੱਧੂ ਦਾ ਸੀ, ਨਵਜੋਤ ਸਿੰਘ ਸਿੱਧੂ ਕੀ ਕਰੂਗਾ, ਨਵਜੋਤ ਸਿੰਘ ਸਿੱਧੂ ਕੀ ਹੁਣ ਪਾਰਟੀ ਸਰਗਰਮ ਹੋਊਗਾ ਜਾਂ ਹੋਰ ਬਣਾਊਗਾ, ਉਹ ਅਜੇ ਖਬਰ ਚੱਲੇ ਰਹੀ ਸੀ। ਆਹ ਨਵੀਂ ਖਬਰ ਫਿਰ ਅੰਮ੍ਰਿਤਪਾਲ ਦੀ ਹੈ, ਜਿਹੜਾ ਇਹ ਗੋਦੀ ਮੀਡੀਆ ਨੇ ਪਿੱਪਲ ਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਖਬਰ ਨੂੰ ਚੁੱਕ ਲਿਆ। ਹੁਣ ਦੇਖੋ
पता लग जूगा नाले ये भी पता लग जूगा कि हुण तक 18 तरीक तो लैके अज तरीक 10 हो गई है इन्ने दिन दे विच पंजाब सरकार सेंटर दी एजेंसियां क्यों नहीं उन्होंने फड़ सकियां जे वो कहते भी अजे उन्हें गिरफ्तार करना चाहिए भगवंत मान केजरीवाल कहते पहला केजरीवाल ने क्यों नहीं कहा जो की कोई सियासी स्टंट सीगा कि ये कोई वोटां दी राजनीति सी बई हुण वोटां आ रही ने जिमनी चोण जलंधर दी जोड़ आ रही है उत्थे भी क्योंकि दो तरह का मीडिया है एक सिख मीडिया एक हिंदू मीडिया जिहड़ा सिख मीडिया वह पंजाबियों के हक के विच है पंजाबियों की सही गल करता है पंजाब की तर्जमानी करता है उन्होंने पता भी है पंजाब के विच की है जिहड़ा दूजा मीडिया उन्होंने तो यह नहीं पता पंजाब का कल्चर की है पंजाब दी कुर्बानियां की ने हुण देखो पिछे पुलिस ने खन्ने के विच SSP ने एक मीटिंग सदी जिहड़ा कि खालसाई झंडा है महाराजा रणजीत सिंह का जिहड़ा केसरी इंसान से खालसा इंसान से हर थान पर हुंदा उसनों खालिस्तान का झंडा कह के दुनिया के विच सिखां नूं बदनाम कीता फिर उस तो बाद जिहड़े महाराजा रणजीत सिंह के टाइम जिहड़े राजां दी रियासतां सन उन्हों खालिस्तान के अलग अलग करा के दसे इसलिए इदां दे गलत प्रचार जिहड़े हो रहे ने उह सिखां नूं बदनाम करने इस गल दा सिंह साहब ने भी बहुत बड़ा स्टैप चुकिया उन्होंने श्रोमणी गुरुद्वारा प्रबंधक कमेटी नूं इह गल कही सी कि जिहड़े चैनल या जिहड़े अफसर सिखां दी छवि नूं या सिख इतिहास नूं या सिखां दे जिहड़े निशान ने उन्हां नूं गलत करके दसदा उन्हां दे खिलाफ कार्रवाई की जाए पर श्रोमणी कमेटी ने कोई कार्रवाई नहीं की पर कल सिंह साहब ने फिर सख्त उन्हां नाल कहा जिहड़ा श्रोमणी गुरुद्वारा प्रबंधक कमेटी के सकत्र ने गरेवाल उन्होंने गल कही है कि छुट्टियां करके असीं केस नहीं पाए जिहड़े जिहड़े मीडिया ने यह गलत खबर चलाई है अते जिहड़े अफसर ने सिखां दे उस खालिस्तान नूं खालस स्थाई निशान नूं खालिस्तान का झंडा दस्सिया उन्होंने खिलाफ कार्रवाई की जाए जब तक जिहड़ा इस तरह का गलत प्रचार करने वालों नूं दथ नहीं पैंदी या सिख अपने स्टैंड दे लई अपने हकों के लिए अपने गुरुआ की मर्यादा के लिए कायम नहीं होंगे जब तक विरोधियों को यह गल करने का मौका मिलता ही रहेगा जिदा पहला बाप गांव गुरु समय बाजों हाथ करा रहे हैं बैरी मित्रा हो जे आप गल का जवाब वो गल ना ठोक के नहीं देवे तो बैरी चुप है ये गोदी मीडियो ने पूछा जाए खालसे की परंपरा की है खालसे का इतिहास की है खालसा चाहता की है खालसा अकाल पुरख की फौज प्रगटो खालसा परमात्मा की मौज यह तो अकाल पुरख की फौज है तो गरीबों के लिए मरण वाला है मजरूम की रक्षा करने वाला है किसी के बार करने वाला नहीं दुश्मन का बार सह के फिर उन्होंने कह लगे भी हूँ तू समझ जा एक बार नहीं तो जब आव के औद निदान बने अत ही रण में तब जूझ गुरु खालसा सिंह उस टाइम किसी गल पैंदा जदों सारे ही हीले मुक जाण इसलिए उस मीडिया नूं या उन्हां लोकां नूं कोई गल करन तों पहलां सोच के गल करनी चाहीदी है कि असीं उस कौम दे नाल मत्था ला रहे हैं उस पंथ नाल मत्था ला रहे हैं जिन्हां ने हिंदुस्तान की राखी के लिए अपने गुरुआं ने बलिदान दिता सी सिख बच्चों ने नीहां चढ़ाए गुरु तेग बहादुर अपना शीश दे के हिंद की चादर बने अज असीं उस चादर दे विच नूं लीरो लीर कर रहे हैं इदां दी गल्लां करके इसलिए उन्हां नूं इदां दी गल्लां नहीं करनी जी बिल्कुल खानपुर साहब अगला जिहड़ा मेरा सवाल है वह सवाल हैगा साडे पंजाब दे नाल जुड़िया होया साडे पंजाब दी रीढ़ दी हड्डी साडी किसानी दे नाल जुड़िया होया साडी मजदूर जमात दे नाल जुड़िया होया इस बार नुकसान हो गया किसानी का वैसे तो देखो कि जिहड़ा हुण समां चलदा इह समां कहरवान है भावें तां आपां इस नूं आर्थिक तौर ते मन लईए किसानी दे लई जां फिर आपां हुण कुदरती तौर ते मन लईए तुसी देखो कि पिछले 2-3 सालों तो जिहड़े कुदरती झक्खड़ ने वह किसानां दे अरमानां दे उत्ते हुण झोलदे ने फसलां तबाह हो जांदियां ने पंजाब सरकारां वल्लों वी उपराले कीते जांदे ने कि असीं बणदे मुआवजे देवांगे पर उहनां मुआवजिआं दे नाल किसानां दे ढिड्ड नहीं भरदे हैगे कई बार तां इह मुआवजे दी राशियां हुंदियां चैकां दे विच इह किते ना किते मजाक वी कर जांदियां किसानां दे नाल आपणे इतिहास आपणे देखे ने कि किवें स्टेजां दे उत्ते किसानां नूं चढ़ा के फिर वह एक मजाक दे पात्र बन जांदे ने जिहड़े 2-2, 4-4 हज़ार दे चैक हुंदे ने इस वार भी पंजाब दी स्थिति इहो जी है फसलां दा खानपुर साहब नुकसान हो गया सरकार ने तरीक भी ऐलानी हुई है कि 13 तारीक नूं विसाखी तो एक दिन पहला अबोर दे विच एक प्रोग्राम होगा जिहदे च मुख्यमंत्री साहब साढ़े चैक वंडणगे किसानां नूं कुलदीप सिंह धालीवाल होरां ने कैबिनेट मीटिंग तो बाद एक प्रैस कॉन्फ्रेंस करदे हुए सारियां गल्लां बातां कीतियां की लगदा इन्हां मुआवजियां दे नाल आखर किसानी कदों तक डंग टपाऊगी
ਭੰਗੂ ਸਾਹਿਬ ਪ੍ਰਾਣਾਂ ਦਾ ਇੱਕ ਅਖੌਤ ਹੈ ਤੇ ਸਾਡੇ ਸਿੱਖ, ਕਹਿੰਦੇ ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਸਾਨ, ਝੱਖੜ ਝੋਲੇ ਲੱਖ ਨੇ ਘਰ ਆਵੇ ਤਾਂ ਜਾ। ਮਨ ਖੁਸ਼ ਹੁੰਦਾ ਜਦੋਂ ਜ਼ਿਮੀਂਦਾਰ ਆਪਣੇ ਖੇਤਾਂ ਨੂੰ ਗੇੜਾ ਮਾਰ ਕੇ। ਮੈਂ ਆਪਣੀ ਗੱਲ ਦੱਸਦਾ, ਇਸ ਬਰਸਾਤਾਂ ਦੇ ਝੱਖੜ ਤੋਂ ਪਹਿਲਾਂ ਮੈਂ ਆਪਣੇ ਫਾਰਮ ਖੇਤਾਂ 'ਚ ਗੇੜਾ ਮਾਰ ਗਿਆ। ਮੇਰਾ ਮਨ ਇੰਨਾ ਖੁਸ਼ ਹੋਇਆ, ਕਣਕ ਮੇਰੇ ਮੋਢਿਆਂ ਤੱਕ ਸੀ, ਆਹ ਜਿਹੜੀਆਂ ਬੱਲਾਂ ਸੀ ਡੇਢ ਡੇਢ ਗਿੱਠ ਦੀ ਬੱਲ ਸੀ। ਮਹਾਂ ਪਰਮਾਤਮਾ ਦਾ ਸ਼ੁਕਰ ਹੈ, ਐਤਕੀ ਜਿਹੜਾ ਕਰਜ਼ਾ ਚੜਿਆ ਉਹ ਵੀ ਉੱਤਰ ਜਾਏਗਾ, ਕਿਸ਼ਤਾਂ ਵੀ ਭਰੀਆਂ ਜਾਣਗੀਆਂ, ਦੇਣ ਲੈਣ ਵੀ ਹੋ ਜਾਊਗਾ। ਪਰ ਪਤਾ ਨਹੀਂ ਸੀ ਉਸ ਪਰਮਾਤਮਾ ਦਾ ਕੀ ਕਹਿਰ ਕਿਸਾਨਾਂ ਦੇ ਉੱਤੇ ਹੈ, ਕਿਉਂਕਿ ਕਿਸਾਨੀ ਇੱਕ ਇਹ ਹੈ ਕਿ ਹਰ ਕੰਮ ਦੀ ਗਰੰਟੀ ਹੈ, ਹਰ ਕੰਮ ਦਾ ਆਪਾਂ ਨੂੰ ਪਹਿਲਾਂ ਪਤਾ ਹੈ। ਮੈਂ 100 ਰੁਪਏ ਦੀ ਚੀਜ਼ ਲਈ ਹੈ, ਮੈਂ 125 ਦੀ ਵੇਚਣੀ ਹੈ, 150 ਦੀ ਵੇਚਣੀ ਹੈ। ਹਰ ਕਾਰੋਬਾਰ ਦੇ ਵਿੱਚ ਇੱਕ ਜੁੱਤੀਆਂ ਬਣਾਉਣ ਵਾਲੇ ਨੂੰ ਪਤਾ ਹੈ, ਮੈਂ ਆਹ ਸ਼ੂ ਜੁੱਤੀ ਮੈਨੂੰ 500 ਦੀ ਪਾਉਣ ਦੀ ਪੈਂਦੀ ਹੈ, ਮੈਂ ਇਹਨੂੰ 700 ਦੀ ਵੇਚਣਾ। ਪਰ ਇੱਕ ਖੇਤੀ ਇਹੀ ਜਿਹੀ ਹੈ, ਆਪਾਂ ਅਸੀਂ ਪੱਲਿਓਂ ਖਰਚ ਕਰਕੇ ਵਧੀਆ ਬੀਜ ਪਾ ਕੇ, ਰੇਹ ਪਾ ਕੇ, ਡੀਜ਼ਲ ਫੂਕ ਕੇ ਖੇਤਾਂ ਦੇ ਵਿੱਚ ਜਾਂਦੇ ਹਾਂ, ਪਰ ਜਦੋਂ ਫਸਲ ਪੱਕ ਜਾਂਦੀ ਹੈ, ਪਤਾ ਨਹੀਂ ਉਸ ਟਾਈਮ ਪਰਮਾਤਮਾ ਨੂੰ ਕੀ ਮਨਜ਼ੂਰ ਹੈ, ਉਹ ਝੱਖੜ ਕਈ ਸਾਲਾਂ ਤੋਂ ਚੱਲਦੇ ਆ ਰਹੇ, ਔਰ ਕਿਸਾਨ ਉਹਨੂੰ ਤੇਰਾ ਭਾਣਾ ਮਿੱਠਾ ਲਾਗੇ ਮਨ ਨੂੰ ਬਣਦਾ ਆ ਰਿਹਾ। ਪਰ ਸਰਕਾਰਾਂ ਸਿਆਸੀ ਰੋਟੀਆਂ ਇਸ 'ਤੇ ਵੀ ਸੇਕਦੀਆਂ ਨੇ, ਕਿਉਂਕਿ ਹੁਣ ਪਿਛਲੀ ਪੁਰਾਣੀ ਸਰਕਾਰ ਸੀ, ਮੈਂ ਮੇਰੇ ਖਿਆਲ ਮੈਨੂੰ ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਉਸ ਟਾਈਮ ਵੀ ਬਹੁਤ ਖਰਾਬਾ ਹੋਇਆ ਸੀ ਫਸਲਾਂ ਦਾ, ਗਰਦੌਰੀਆਂ ਹੋਈਆਂ ਸੀ, ਜਿਹੜੇ ਉਸ ਟਾਈਮ ਉਹ ਫਸਲਾਂ ਦੇ ਚੈੱਕ ਮਿਲੇ ਲੋਕਾਂ ਦੀਆਂ, ਕਿਸੇ ਦੀ ਲੱਖ ਦੀ ਖਰਾਬ ਹੋਈ, ਕਿਸੇ 2 ਲੱਖ ਦੀ ਹੋਈ ਸੀ, ਜਿੰਨੀ ਜਿੰਨੀ ਜ਼ਮੀਨ ਸੀ ਉਹਦੇ ਮੁਤਾਬਕ ਬਹੁਤ ਫਰਕ। ਚੈੱਕ ਕਿਹਨੇ ਦਾ ਸੀ, ਕਿਸੇ ਨੂੰ 2000 ਦਾ ਚੈੱਕ ਸੀ, ਕਿਸੇ ਨੂੰ 5000 ਦਾ ਚੈੱਕ ਸੀ, ਕਿਸੇ ਨੂੰ 200-300 ਦਾ ਚੈੱਕ ਸੀਗਾ। ਉਹ ਚੈੱਕ ਇੱਕ ਮਜ਼ਾਕ ਸੀ, ਇੱਕ ਜ਼ਖਮ ਨੂੰ ਹਟ ਹਟ ਕੇ ਉਹਨੂੰ ਸਲਾ ਖਰੂੰਡ ਖਰੂੰਡ ਕੇ ਤਕਲੀਫ ਦੇਣ। ਅੱਜ ਵੀ ਮੈਨੂੰ ਲੱਗਦਾ ਉਹੀ ਕੁਛ ਹੋ ਰਿਹਾ। ਮੈਨੂੰ ਖਾਸ ਸੋਰਸਾਂ ਤੋਂ ਪਤਾ ਲੱਗਿਆ ਕਿ ਜ਼ਿਲ੍ਹੇ ਪਟਿਆਲੇ ਦੇ ਵਾਸਤੇ ਫੰਡ ਜਾਰੀ ਕਰਤੇ ਨੇ, ਬਾਕੀ ਤਾਂ ਸਾਰੇ ਜ਼ਿਲ੍ਹਿਆਂ ਵਾਸਤੇ ਕਰੀ ਦਿੱਤੇ ਹੋਣੇ, ਕਿਉਂਕਿ ਜਦੋਂ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਵਿਸਾਖੀ ਤੋਂ ਇੱਕ ਦਿਨ ਪਹਿਲਾਂ 14 ਦੀ ਵਿਸਾਖੀ ਹੈ, 13 ਦੀ ਵਿਸਾਖੀ ਨੂੰ ਅਸੀਂ ਵੱਡਾ ਸਮਾਗਮ ਜਿਹੜਾ ਤੁਸੀਂ ਦੱਸਿਆ ਉਸ ਥਾਂ 'ਤੇ ਕਰਨਗੇ। ਬਾਕੀ ਚੈੱਕ ਵੀ ਜਿਹੜੇ ਉਹ ਵੱਡੇ ਜਾਣਗੇ, ਉਸ ਹਲਕੇ ਦੇ MLA ਜਾਂ ਮੰਤਰੀ ਉਹ ਚੈੱਕ ਬਣਨੇ। ਜਿਹੜਾ ਜ਼ਿਲ੍ਹਾ ਪਟਿਆਲਾ ਹੈ, ਜ਼ਿਲ੍ਹੇ ਪਟਿਆਲੇ ਦੇ ਵਾਸਤੇ 50 ਲੱਖ ਰੁਪਈਏ ਦੀ ਗ੍ਰਾਂਟ ਆਈ, 50 ਲੱਖ ਦੀ ਗ੍ਰਾਂਟ ਜ਼ਿਲ੍ਹੇ ਪਟਿਆਲੇ ਵਾਸਤੇ, ਜਿਹਦੇ ਕਿ ਵਿੱਚ 6 ਸਬ ਡਿਵੀਜ਼ਨਾਂ ਨੇ, 6 ਸਬ ਡਿਵੀਜ਼ਨ, ਇਕੱਲੀ ਸਾਡੀ ਰਾਜਪੁਰਾ ਸਬ ਡਿਵੀਜ਼ਨ ਦੇ ਵਿੱਚ 554 ਪਿੰਡ ਨੇ, ਇਸ ਤਰ੍ਹਾਂ 1000 ਤੋਂ ਉੱਤੇ ਪਿੰਡ ਪੈਂਦੇ ਨੇ ਜ਼ਿਲ੍ਹੇ ਪਟਿਆਲੇ ਦੇ ਵਿੱਚ। ਜਿਸ ਜ਼ਿਲ੍ਹੇ ਪਟਿਆਲੇ ਦੇ ਵਿੱਚ 1000 ਪਿੰਡ ਪੈਂਦਾ, ਉੱਥੇ 50 ਲੱਖ ਦੀ ਗ੍ਰਾਂਟ ਮੇਰਾ ਖਿਆਲ ਜ਼ੋਰ ਲਾ ਕੇ 5000 ਰੁਪਇਆ, 6000 ਰੁਪਇਆ, 7000 ਰੁਪਇਆ ਇੱਕ ਪਿੰਡ ਨੂੰ ਮਿਲੇਗੀ। ਇਸ ਤੋਂ ਗੋਝਾ ਮਾਹੌਲ ਹੋਰ ਕੀ ਹੋ ਸਕਦਾ ਹੈ। ਇਸ ਲਈ ਕਿਸਾਨਾਂ ਦੇ ਜ਼ਖਮਾਂ ਨੂੰ, ਇਹਨਾਂ ਨੂੰ ਛੇੜਨਾ ਨਹੀਂ ਸਰਕਾਰ ਨੂੰ ਚਾਹੀਦਾ। ਹੁਣ ਪਿੱਛੇ ਗਰਦੌਰੀਆਂ ਦੇ ਨਾਂ 'ਤੇ ਵੀ ਅਸੀਂ ਗਰਦੌਰੀ ਕਰਾ ਰਹੇ ਹਾਂ, ਗਏ ਨੇ ਪਟਵਾਰੀ, ਉਹਨਾਂ ਨੇ ਅਨਾਊਂਸਮੈਂਟ ਕਰਾਈ ਵੀ ਗੁਰਦੁਆਰੇ ਇਕੱਠੇ ਹੋ ਜਾਓ, ਫਲਾਣੇ ਧਾਰਮਿਕ ਸਥਾਨ 'ਤੇ ਇਕੱਠੇ, ਲੋਕ ਇਕੱਠੇ ਹੋ ਗਏ ਖੇਤਾਂ 'ਚ ਜਾ ਕੇ, ਨਹੀਂ ਦੇਖਿਆ ਵੀ ਕਿਹਦੀ ਕਣਕ ਕਿੰਨੀ ਮਰੀ ਹੈ। ਹਾਂ ਪੁੱਛਿਆ ਵੀ ਫਲਾਣ ਰਾਮ ਸਿਆਂ ਤੇਰੀ ਕਿਆ ਕਿੱਲੇ ਕਣਕ ਸੀ, 10 ਕਿੱਲੇ ਸੀ। ਸ਼ਾਮ ਸਿਆਂ ਤੇਰੀ ਕਿੰਨੇ ਸੀ, 5 ਕਿੱਲੇ ਸੀ। ਸੁੰਦਰ ਸਿਆਂ ਤੇਰੀ ਕਿੰਨੀ ਸੀ, 2 ਕਿੱਲੇ, ਉਹ ਲਿਖ ਲਈ, ਲਿਖ ਕੇ ਬਾਅਦ ਲਓ ਜੀ ਅੱਗੇ ਸਾਈਨ ਕਰਾ ਲਏ, ਹਾਂ ਜੀ ਅਸੀਂ ਖਰਾਬਾ ਤੁਹਾਨੂੰ ਦੇਵਾਂਗੇ। ਸੈਂਟਰ ਦੀਆਂ, ਕਿਉਂਕਿ ਪੰਜਾਬ ਦੇ DC ਨੂੰ ਹੁਕਮ ਦਿੱਤਾ ਸੀ ਕਰਾਓ, ਉਸ ਤੋਂ ਬਾਅਦ ਸੈਂਟਰ ਸਰਕਾਰ ਨੇ ਆਪਣੀਆਂ ਟੀਮਾਂ ਭੇਜੀਆਂ ਨੇ, ਹਰ ਜ਼ਿਲ੍ਹੇ ਵਿੱਚ ਅਬਜ਼ਰਵਰ ਭੇਜੇ ਸੀ, 2-2 ਬੰਦੇ, ਉਹਨਾਂ ਨੇ ਇੱਥੇ ਤੱਕ ਇੰਸਟ੍ਰਕਸ਼ਨਾਂ ਕਰਤੀਆਂ ਸੀ ਵੀ 33% ਤੋਂ ਵੱਧ ਖਰਾਬਾ ਕਿਸੇ ਦਾ ਲਿਖਣਾ, 33 ਤੱਕ ਕਿਸੇ ਨੂੰ ਦੇਣਾ ਕੁਛ ਨਹੀਂ ਹੈਗਾ, ਜੇ 33 ਤੋਂ ਵੱਧ 70 ਤੱਕ ਹੋਊਗਾ ਤਾਂ 50% ਮਿਲੂਗਾ, ਜੇ 70 ਤੋਂ 100 ਤੱਕ ਹੋਊਗਾ ਤੇ ਉਹਨੂੰ 15,000 ਮਿਲੂਗਾ। ਮੈਨੂੰ ਲੱਗਦਾ ਹੈ ਕਿ ਇੱਕ ਇਹ ਡਰਾਮਾ ਹੀ ਹੈ, ਇੱਕ ਲੋਕਾਂ ਦਾ ਖਿਆਲ ਦੂਜੇ ਪਾਸੇ ਮੋੜ ਕੇ ਸਰਕਾਰ ਦੇ ਰਹੀ ਹੈ, ਆਪਣੇ ਚੰਦ ਬੰਦਿਆਂ ਨੂੰ ਅੰਨਾ ਵੰਡੇ ਸੀਰਨੀ, ਮੁੜ ਆਪਣਿਆਂ ਨੂੰ ਦੇ ਵਾਲੀ ਗੱਲ ਹੋਣੀ ਹੈ। ਚੰਦ ਬੰਦਿਆਂ ਨੂੰ ਦੇ ਕੇ ਇਹਨਾਂ ਨੇ ਉਹ ਮੁਆਵਜ਼ਾ, ਉਹਨਾਂ ਦੀਆਂ ਫੋਟੋਆਂ ਲਾ ਦੇਣੀਆਂ ਨੇ ਮੂਵੀ ਉਹਦੇ ਵਿੱਚ ਤੇ ਬੜੀ ਪਬਲਿਸਿਟੀ ਕਰਨੀ ਹੈ, ਪਰ ਆਮ ਕਿਸਾਨਾਂ ਨੂੰ, ਆਮ ਨੁਕਸਾਨਾਂ ਨੂੰ ਇਹ ਮੁਆਵਜ਼ਾ ਨਹੀਂ ਮਿਲਣਾ। ਜੇ ਮੁਆਵਜ਼ਾ ਨਾ ਮਿਲਿਆ ਤਾਂ ਮੁੜ ਕੇ ਕਿਸਾਨ ਦੁਖੀ ਹੋਇਆ, ਕੋਈ ਨਾ ਕੋਈ ਸੰਘਰਸ਼ ਵਾਲੇ ਪਾਸੇ ਚੱਕ ਕੇ ਸਰਕਾਰ ਦੀ ਜਿਹੜੀ ਹੈ ਨੀਂਦ ਹਰਾਮ ਕਰ ਦੂ। ਬਿਲਕੁਲ ਬਿਲਕੁਲ, ਦੇਖੋ ਕਿਸਾਨਾਂ ਨੂੰ ਤਾਂ ਫਿਰ ਕਾਨਪੁਰ ਸਾਹਿਬ ਸੰਘਰਸ਼ ਦਾ ਇੱਕ ਰਾਹ ਹੀ ਦਿਸਦਾ, ਹੋਰ ਤਾਂ ਕੋਈ ਰਾਹ ਦਿਸਦਾ ਨਹੀਂ, ਕਿਉਂਕਿ ਕਿਸਾਨੀ ਦੇ ਵਿੱਚੋਂ, ਮਜ਼ਦੂਰ ਜਮਾਤ ਦੇ ਵਿੱਚੋਂ ਤਾਂ ਹਕੂਮਤਾਂ ਨੂੰ ਸਿਰਫ ਇੱਕ ਵੋਟ ਦਿਸਦੀ ਹੈ, ਵੋਟ ਤੋਂ ਇਲਾਵਾ ਹੋਰ ਕੁਛ ਨਹੀਂ ਦਿਸਦਾ ਹੈਗਾ। 5 ਸਾਲ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਕਿਸਾਨੀ ਨੂੰ, ਜਦੋਂ ਇਲੈਕਸ਼ਨ ਆ ਜਾਂਦੀਆਂ ਨੇ ਉਦੋਂ ਤਾਂ ਫਿਰ ਜਿਹੜੀ ਸਾਡੀ ਜਮਾਤ ਹੁੰਦੀ ਹੈ, ਸਿਆਸੀ ਜਮਾਤ, ਇਹਨੂੰ ਫਿਰ ਲੋਕ ਸਿਰ ਮੱਥੇ ਹੁੰਦੇ ਨੇ,
तो सरकार बन जांदियां ने, सरकारां बन जांदियां ने, हुकूमतां आ जांदियां ने, सत्ता कंट्रोल हेठ आ जांदी है, उदों फिर आही लोग जिहड़े मत्थे ते बिठाए जांदे ने, सिर ते बिठाए जांदे ने, आहा फिर पैरां हेठ भी लताड़े जांदे ने। सो खानपुर साहब, तुसीं अपने कीमती समय तो समां कढ के विचार रखे, सारा मामला समझाया, खास करके किसानी का जिहड़ा अहम इशू सी इहदे ते गलबात की, जां जिहड़ा एक इशू पंजाब दे विच चलंत मामला बनिया होया करंट अफेयर दे विच जिहदा जिक्र आउंदा अमृतपाल दे उहदे साथी पप्पलप्रीत दा, उहदे ते वी तुसीं खुल के समझाया। सो बहुत बहुत धन्नवाद तुहाडा ਭੰਗੂ ਸਾਹਿਬ। ਮੇਰੇ ਵੱਲੋਂ ਸਮੁੱਚੇ ਦਰਸ਼ਕਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਅਹਿਮ ਸ਼ਖਸੀਅਤ ਪ੍ਰੀਤਮ ਸਿੰਘ ਖਾਨਪੁਰ ਸਾਹਿਬ। ਖਾਨਪੁਰ ਸਾਹਿਬ ਤੋਂ ਅਸੀਂ ਆਹ ਮਾਮਲਾ ਸਮਝਿਆ ਪੂਰਾ, ਦੋ ਬੜੇ ਅਹਿਮ ਇਸ਼ੂ ਸੀ, ਖੇਤੀ ਸੰਕਟ ਅਤੇ ਦੂਜੇ ਪਾਸੇ ਸੀ ਅੰਮ੍ਰਿਤਪਾਲ ਹੋਰਾਂ ਦਾ ਇਸ਼ੂ। ਤੁਹਾਨੂੰ ਕੀ ਲੱਗਦਾ ਪੰਜਾਬ ਦੇ ਹਾਲਾਤਾਂ ਬਾਰੇ? ਤੁਸੀਂ ਜਿਹੜੀ ਤੁਹਾਡੀ ਫੀਡਬੈਕ ਹੈ ਉਹ ਕਮੈਂਟ ਬਾਕਸ ਵੀ ਜ਼ਰੂਰ ਲਿਖ ਕੇ ਭੇਜਿਆ ਕਰੋ ਕਿ ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਮੌਜੂਦਾ ਜਿਹੜੀ ਸਥਿਤੀ ਬਣੀ ਹੋਈ ਹੈ ਇਹਦੇ ਬਾਰੇ। ਸੋ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ 'ਤੇ। ਧੰਨਵਾਦ।